ਤੈਨੂੰ ਪਤਾ ਤੁਸੀਂ ਵਿਆਹ ਤੋਂ ਪਹਿਲਾਂ ਕਿੰਨਾ ਗੁਰਦੁਆਰਾ ਸਾਹਿਬ ਜਾਂਦੇ ਹੁੰਦੇ ਸੀਗੇ, ਕਿੰਨੀ ਸੇਵਾ ਕਰਦੇ ਹੁੰਦੇ ਸੀਗੇ। ਹਾਂ ਯਾਰ, ਉਸ ਤੋਂ ਬਾਅਦ ਤੇਰੇ ਨਾਲ ਵਿਆਹ ਹੋ ਗਿਆ, ਫਿਰ ਨਾ ਰੱਬ ਤੋਂ ਭਰੋਸਾ ਜਿਹਾ ਉੱਠ ਗਿਆ। ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ? ਬਹੁਤ ਜ਼ਿਆਦਾ। ਕਿੰਨਾ? ਇੰਨਾ ਜ਼ਿਆਦਾ ਕਰਦਾ ਜੀ ਕਰਦਾ ਤੇਰੇ ਵਰਗੀਆਂ ਤਿੰਨ ਚਾਰ ਹੋਰ ਲਿਆ ਵਾ। ਤੁਹਾਨੂੰ ਪਤਾ ਤੁਸੀਂ ਇੰਨੇ ਭੋਲੇ ਹੋ ਨਾ, ਤੁਹਾਨੂੰ ਬਹੁਤ ਜਲਦੀ ਕੋਈ ਬੇਵਕੂਫ ਬਣਾ ਸਕਦਾ। ਹਾਂ, ਸ਼ੁਰੂਆਤ ਤੇਰੇ ਡੈਡੀ ਨੇ ਕੀਤੀ ਸੀ। ਏਕਮ ਏਕਮ, ਹਾਂ ਪਲੀਜ਼ ਮੇਰੇ ਵੱਲ ਮੂੰਹ ਕਰਕੇ ਪੈ ਜਾ, ਮੈਨੂੰ ਡਰ ਲੱਗ ਰਿਹਾ। ਹੈਂ, ਤੇਰੇ ਵੱਲ ਮੂੰਹ ਕਰਕੇ ਪੈ ਜਾ, ਮੈਂ ਚਾਹੇ ਸਾਰੀ ਰਾਤ ਡਰਦਾ ਮਾਰਾ ਮਰ ਜਾ। ਬਲਜਿੰਦਰ ਯਾਰ, ਇੱਕ ਗੱਲ ਦੱਸ। ਹਾਂਜੀ ਯਾਰ, ਸਪੋਜ਼ ਕਰ ਜੇ ਮੇਰੀ ਲੋਟਰੀ ਲੱਗ ਜੇ, ਕੀ ਕਰੇਂਗੀ? ਜੇ ਤੁਹਾਡੀ ਲੋਟਰੀ ਲੱਗ ਗਈ ਨਾ, ਮੈਂ ਤੁਹਾਡੇ ਅੱਧੇ ਪੈਸੇ ਲੈ ਕੇ ਨਾ ਤੁਹਾਨੂੰ ਛੱਡ ਕੇ ਚੱਲ ਜਾਣਾ। ਤੁਹਾਡੇ ਨਾਲ ਮੈਂ ਨਹੀਂ ਰਹਿ ਸਕਦੀ। ਮੈਂ ਤਾਂ ਕੀ ਦੁਨੀਆਂ ਦੀ ਕੋਈ ਵੀ ਕੁੜੀ ਤੁਹਾਡੇ ਨਾਲ ਰਹਿਣਾ ਪਸੰਦ ਨਹੀਂ ਕਰ ਸਕਦੀ। ਹੁਣ ਟਿਕੀ ਰਹੀ ਆਪਦੀ ਗੱਲ ਤੇ, ਕੱਲ ਹੀ ਮੇਰੀ ਲੱਗੀ ਆ 100 ਰੁਪਏ ਦੀ ਲੋਟਰੀ। ਆ ਚੱਕ ਆਪਦੇ 50, ਨਿਕਲ। ਏਕਮ ਕੀ ਹੈ ਯਾਰ, ਉਹ ਮਜ਼ਾਕ ਨਹੀਂ ਕਰ ਰਿਹਾ, ਚੱਕ ਆਪਦੇ 50 ਤੇ ਨਿਕਲ। ਬਲਜਿੰਦਰ ਹਾਂਜੀ, ਬਹੁ ਵਾਲੇ ਦੁੱਧ ਪੀ ਲਓ। ਓ ਮਾਈ ਗੋਡ, ਏਕਮ ਅੱਜ ਮੇਰੇ ਲਈ ਦੁੱਧ ਲੈ ਕੇ ਆਏ? ਅੱਜ ਸੂਰਜ ਕਿਹੜੇ ਪਾਸੇ ਚੜ ਗਿਆ ਏਕਮ ਮੇਰੇ ਲਈ ਦੁੱਧ ਲੈ ਕੇ ਆਏ? ਇੱਕ ਤਾਂ ਮੈਂ ਤੇਰੇ ਲਈ ਦੁੱਧ ਲੈ ਕੇ ਆਵਾਂ ਔਰ ਉੱਪਰ ਦੀ ਮੈਂ ਗੱਲਾਂ ਸੁਣਾ? ਨਹੀਂ 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 ਨਹੀਂ, ਸੋਰੀ ਸੋਰੀ ਏਕਮ, ਪਰ ਦੱਸੋ ਨਾ ਅੱਜ ਮੇਰੇ ਤੇ ਇੰਨੀ ਦਰਿਆ ਦੀ ਲਈ ਕਿਉਂ ਹੋ ਗਈ? ਗੈਸ ਕਰੋ। ਵੈਲੈਂਟਾਈਨ ਡੇ ਵੀ ਨਹੀਂ ਅੱਜ, ਤੁਹਾਡਾ ਬਰਥਡੇ ਤੇ ਨਹੀਂ ਅੱਜ, ਫੈਮਿਲੀ 'ਚ ਵੀ ਕੁਛ ਸਪੈਸ਼ਲ ਨਹੀਂ ਹੈ। ਅਜੇ ਦੱਸੋ ਨਾ ਏਕਮ, ਕੀ ਹੈ ਅੱਜ ਯਾਰ? ਓਏ ਅੱਜ ਨਾਗ ਪੰਚਮੀ ਹੈ ਬੱਚੇ। ਏਕਮ ਕੀ ਹੈ ਯਾਰ?